ਇਹ ਬੱਸ ਮਿਲਦੀ ਹੈ ਇਹ ਹਰੇਕ ਜਗ੍ਹਾ ਵਧੀਆ ਜਿਵੇਂ ਆਈਫਿਲ ਟਾਵਰ ਹੋ ਗਿਆ ਕਿਤੇ ਵੀ ਉਹਨੇ ਦੇਖਣਾ ਕਿੱਥੇ ਲੈ ਕੇ ਜਾਂਦੀ ਹੈ ਨੈਕਸਟ ਸਟੇਸ਼ਨ ਬੈਠੇ ਬਿਠਾਏ ਇੱਕ ਆਈਡੀਆ ਬਣਾਇਆ ਹੈ ਅਸੀਂ ਐਕਚੁਅਲੀ ਥੋੜ੍ਹੀ ਜਿਹੀ ਸ਼ੋਪਿੰਗ ਵੀ ਕਰਨੀ ਹੈ ਹੋਰ ਬਹੁਤ ਵਧੀਆ ਗੱਲ ਸਾਨੂੰ ਹੁਣ ਪਤਾ ਲੱਗੀ ਹੈ ਐਕਚੁਅਲੀ ਮੇਰਾ ਜਿਹੜਾ ਅੱਜ ਹੋਟਲ ਹੈ ਇਹ ਲੋਕਲ ਮਾਰਕੀਟ ਇੱਥੇ ਦੀ ਤੋ ਜੀ ਕਿਸ ਸਟੋਰ 'ਤੇ ਆ ਗਏ ਇੱਥੇ ਸ਼ੋਪਿੰਗ ਕਰਨ ਦਾ ਹੈਗਾ ਥੋੜ੍ਹਾ ਜਿਹਾ ਮੂਡ ਅੱਜ ਇਹ ਸਮਾਨ ਲੈ ਲਿਆ ਥੋੜ੍ਹਾ ਜਿਹਾ ਬੱਚਿਆਂ ਲਈ ਕੈਂਡੀ ਵਗੈਰਾ ਲਓ ਜੀ ਉੱਤਰ ਕੇ ਬੱਸ 'ਚੋਂ ਰੈਸਟੋਰੈਂਟ ਸੀ ਫੂਡ ਜੀ ਪਹੁੰਚ ਗਏ ਉੱਤਰੇ ਧਾਮ ਦੇਖੋ ਪਬਲਿਕ ਪੈਰੀ ਦੇ ਵੀ ਰੂਮ ਛੋਟੇ ਆ ਬਟ ਇਹ ਸ਼ਾਨਦਾਰ ਰੂਮ ਆ ਪੂਰਾ ਇਹ ਇੱਕ ਨਵਾਂ ਤਜਰਬਾ ਹੋਰ ਇੱਥੇ ਇਹ ਬੱਸ ਮਿਲਦੀ ਹੈ ਇਹ ਹਰੇਕ ਜਗ੍ਹਾ ਵਧੀਆ ਜਿਵੇਂ ਆਈਫਿਲ ਟਾਵਰ ਹੋ ਗਿਆ ਕਿਤੇ ਵੀ ਇਹਨਾਂ ਦਾ ਸਟੋਪ ਹੁੰਦਾ ਤੁਸੀਂ ਇੱਕ ਜਗ੍ਹਾ ਉਤਰ ਕੇ ਉੱਥੋਂ ਕਿਤੇ ਵੀ ਜਾ ਕੇ ਉੱਥੇ ਵਿਜ਼ਿਟ ਕਰਕੇ ਚੱਲ ਸਕਦੇ ਹਾਂ ਇਹ ਸਾਡੇ ਮਿਸਟਰ ਡਰਾਈਵਰ ਹੈਲ ਯਾ ਸ਼ੋਰ ਤੋ ਨਾਓ ਇਹ ਜਿਹਨੇ ਥੱਲੇ ਬੈਠਣਾ ਠੰਡ ਉੱਠ ਤੋਂ ਵਜੇ ਥੱਲੇ ਜੇ ਕੋਈ ਉੱਪਰ ਜਾਣਾ ਚਾਹੁੰਦਾ ਹੈ ਤਾਂ ਉੱਪਰ ਮੈਂ ਉਸ ਉੱਪਰ ਹੀ ਜਾਊਂਗਾ ਕਿਉਂਕਿ ਓਪਨ 'ਚ ਬੈਠਣ ਦੀ ਤੁਹਾਨੂੰ ਵਧੀਆ ਫੀਲਿੰਗ ਆਉਂਦੀ ਹੈ ਇਹ ਚੱਲ ਪਈ ਹੁਣ ਇੱਥੇ ਬੈਠ ਜਾਂਦੇ ਆਈਫਿਲ ਟਾਵਰ ਦੇ ਕੋਲ ਸਟੇਸ਼ਨ ਹੈ ਹੁਣ ਦੇਖਦੇ ਕਿੱਥੇ ਲੈ ਕੇ ਜਾਂਦੀ ਹੈ ਨੈਕਸਟ ਸਟੇਸ਼ਨ ਦਿਖਾਉਂਦੇ ਤੁਹਾਨੂੰ ਨਾਲ ਨਾਲ ਫੀਲਿੰਗ ਬੜੀ ਵਧੀਆ ਚੱਲ ਪਈ ਇੱਥੋਂ ਇਹੀ ਨਜ਼ਾਰੇ ਹੁੰਦੇ ਬਾਹਰ ਆ ਕੇ ਜਦੋਂ ਤੁਸੀਂ ਦੇਖਦੇ ਹੋ ਤਾਂ ਕੁਛ ਨਵੀਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਬੜੀ ਵਧੀਆ ਇਹ ਪੂਰਾ ਟੂਰ ਹੈ ਇਹਦਾ ਪਾਸ ਲਿੱਤਾ ਹੈ ਮੈਂ 2 ਦਿਨ ਦਾ ਹੁਣ ਜਿੱਥੇ ਵੀ ਮੈਂ ਇਹ ਖੜ੍ਹੀ ਸਟੇਸ਼ਨ ਹੈ ਅਤੇ ਉੱਥੋਂ ਮੈਂ ਉਤਰ ਸਕਦਾ ਹਾਂ ਅਤੇ ਉਹ ਤੋਂ ਬਾਅਦ ਨੈਕਸਟ ਸਟੇਸ਼ਨ ਜਾ ਸਕਦਾ ਕੋਈ ਵੀ ਬੱਸ ਚੇਂਜ ਹੋ ਸਕਦੀ ਹੈ ਇਹਨਾਂ ਦੀ ਬਹੁਤ ਸਰਵਿਸ ਹੈ ਹਰੇਕ 10 ਮਿੰਟ ਤੋਂ ਬਾਅਦ ਸਰਵਿਸ ਹੈ ਇਹਨਾਂ ਦੀ ਇਹ ਆਈਫਿਲ ਟਾਵਰ ਕ੍ਰੋਸ ਕਰਦੀ ਹੋਈ ਕਿਆ ਕਹਿੰਦੇ ਅੰਬਰੇਲਾ ਦੇਖਦੇ ਨੈਕਸਟ ਸਟੇਸ਼ਨ ਕਿੱਥੇ ਲੈ ਕੇ ਜਾਂਦੀ ਹੈ ਇਹ ਅਸੀਂ ਉੱਥੇ ਵੀ ਡਰੋਪ ਹੋ ਸਕਦੇ ਹਾਂ ਕਿਤੇ ਹੋਰ ਜਾਣਾ ਹੋਊਗਾ ਤਾਂ ਦੇਖ ਲੈਂਦੇ ਹਾਂ ਇਹ ਬਈ ਬੜਾ ਨਜ਼ਾਰਾ ਇਹਦਾ ਬੱਸ ਦਾ ਇਹ ਦੇਖੋ ਪੂਰਾ ਐਨ ਓਪਨ 'ਚ ਬੈਠੇ ਸਾਰਾ ਕੁਛ ਵਿਜ਼ਿਟ ਕਰਾਉਂਦੀ ਹੈ ਇਹ ਇਹ ਸਾਹਮਣੇ ਮਿਊਜ਼ੀਅਮ ਹੈ ਬਹੁਤ ਸ਼ਾਨਦਾਰ ਮਿਊਜ਼ੀਅਮ ਹੈ ਵੀ ਇੱਥੇ ਦਾ ਕਾਫੀ ਮਸ਼ਹੂਰ ਹੈ ਇਹ ਲੈ ਕੇ ਆ ਗਈ ਸਾਨੂੰ ਜਿੱਥੇ ਰਾਤੀ ਸੀਗੇ ਅਸੀਂ ਇੰਜੋਏ ਕਰਦੇ ਹੋਏ ਪੂਰਾ ਰਾਤ ਇੱਥੇ ਨਹੀਂ ਗਏ ਸੀ ਇਹ ਸਾਰੀ ਟੂਰਿਸਟ ਪਲੇਸ ਹੈ ਸਭ ਇੱਥੇ ਆਪਣਾ ਈਵਨਿੰਗ ਟਾਈਮ ਨੂਨ ਟਾਈਮ ਇੰਜੋਏ ਕਰਨ ਲਈ ਇਕੱਠੇ ਹੋਏ ਹੋਏ ਕੋਈ ਫੋਟੋਆਂ ਲੈ ਰਿਹਾ ਹੈ ਕੋਈ ਆਪਣੇ ਫੈਮਿਲੀ ਨਾਲ ਕੋਈ ਬੱਚਿਆਂ ਨਾਲ ਕੋਈ ਫਰੈਂਡਸ ਨਾਲ ਇੰਜੋਏ ਕਰਦੇ ਹੋਏ ਸਾਰੇ ਇੱਕ ਇਹ ਬਿਗ ਬੱਸ ਸਰਵਿਸ ਹੈ ਉਹ ਜਾ ਰਹੀ ਬਿਗ ਬੱਸ ਐਵੇਂ ਦੀਆਂ 2 ਬੱਸਿਸ ਚੱਲਦੀਆਂ ਇੱਥੇ ਉਹਦਾ ਪਾਸ ਬਣ ਜਾਂਦਾ ਇਹਦਾ ਪ੍ਰੋਪਰ ਬੈਠੇ ਬਿਠਾਏ ਇੱਕ ਆਈਡੀਆ ਬਣਾਇਆ ਹੈ ਅਸੀਂ ਐਕਚੁਅਲੀ ਥੋੜ੍ਹੀ ਜਿਹੀ ਸ਼ੋਪਿੰਗ ਵੀ ਕਰਨੀ ਹੈ ਅਤੇ ਮੈਂ ਇਹਦਾ ਮੈਪ ਖੋਲਿਆ ਹੈ ਬੱਸ ਦਾ ਇਹਦੇ 'ਚ ਹੁਣ ਮੈਂ ਦੇਖਿਆ ਮੈਂ ਉਤਰੂੰਗਾ 3 ਨੰਬਰ ਸਟੋਪ 'ਤੇ ਉੱਥੋਂ ਵਾਕਿੰਗ ਡਿਸਟੈਂਸ ਹੈ ਇੱਕ ਬੜਾ ਵਧੀਆ ਜਿੱਥੇ ਸ਼ੋਪਿੰਗ ਤੁਸੀਂ ਕਰ ਸਕਦੇ ਹੈ ਉਹ ਕਰਕੇ ਫਿਰ ਨਾਲੇ ਦੁਬਾਰੇ ਫਿਰ 3 ਨੰਬਰ 'ਤੇ ਆ ਕੇ ਇਹੀ ਬੱਸ 'ਚ ਟਰੈਵਲ ਕਰਕੇ ਫਿਰ ਨੌਤਰਾ ਦਾ 4 ਨੰਬਰ ਸਟੇਸ਼ਨ ਉੱਥੇ ਉਤਰੂੰਗੇ ਬਾਕੀ ਤੁਹਾਨੂੰ ਨਾਲ ਨਾਲ ਦਿਖਾਉਂਦੇ ਰਹਾਂਗੇ ਜੋ ਵੀ ਹੁੰਦਾ ਹੈ ਲਓ ਜੀ ਹੋਰ ਬਹੁਤ ਵਧੀਆ ਗੱਲ ਸਾਨੂੰ ਹੁਣ ਪਤਾ ਲੱਗੀ ਹੈ ਐਕਚੁਅਲੀ ਮੇਰਾ ਜਿਹੜਾ ਅੱਜ ਹੋਟਲ ਹੈ ਉਹ ਬਿਲਕੁਲ ਉਹਦੇ ਮੂਹਰੇ ਨਿਕਲਦੀ ਹੈ ਇਹ ਮੈਂ ਐਕਚੁਅਲੀ ਤਾਂ ਇਹ ਮੈਟਰੋ ਸਟੇਸ਼ਨ ਦਾ ਨਾਮ ਪੜਿਆ ਤਾਂ ਮੈਨੂੰ ਪਤਾ ਲੱਗਿਆ ਇੱਥੇ ਹੋਟਲ ਆਏਗਾ ਜਿਹਦੇ 'ਚ ਅਸੀਂ ਅੱਜ ਰਾਤ ਸਟੇਅ ਕਰਨਾ ਹੈ ਇਹ ਮੈਂ ਲਗੇਜ ਮੋਰਨਿੰਗ ਛੱਡ ਚੁੱਕਿਆ ਪਰ ਜਦੋਂ ਹੁਣ ਅਸੀਂ ਇੱਧਰ ਉੱਧਰ ਦੇਖਿਆ ਤਾਂ ਇਹ ਸੇਮ ਉੱਧਰ ਨਿਕਲ ਰਹੀ ਹੈ ਇਹ ਆ ਗਿਆ ਹੋਟਲ ਇਹ ਬਲਿਊ ਦਿਸ ਵਨ ਇਹ ਹੋਟਲ ਹੈ ਅੱਜ ਰਾਤ ਲਈ ਇਹਦੇ ਬਿਲਕੁਲ ਸਾਹਮਣੇ ਤੋਂ ਇਹਦਾ ਪਰ ਇਹਦਾ ਇੱਕ ਪ੍ਰੋਬਲਮ ਹੈ ਬੱਸ ਦੀ ਇਹਨੇ ਆਪਣੇ ਸਟੇਸ਼ਨ 'ਤੇ ਹੀ ਰੁਕਣਾ ਹੈ ਇਹ ਵੈਸੇ ਨਹੀਂ ਰੁਕਦੀ ਕਿਤੇ ਵੀ ਜਿਸ ਤਰ੍ਹਾਂ ਤੁਸੀਂ ਇੱਥੋਂ ਬੈਠ ਸਕਦੇ ਹਾਂ ਉੱਥੇ ਲਓ ਜੀ ਉੱਤਰ ਕੇ ਬੱਸ 'ਚੋਂ ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਇਹ
लोग ये भी काफ़ी देखने लिए दूरों दूरों आते हैं। रेस्टोरेंट बड़े हैं इतने, वॉकिंग एरिया ठीक है, लोकल मार्केट इतने की। वाह काफ़ी अच्छी स्वीट है ये, बड़ा वधिया लगता देख के, रियली ब्यूटीफुल, बहुत मज़ेदार स्वीट है ना जी। परसों तो असं यह चीज़ मिस कर रहे थे, अज मिले गई। बाकी शामी आते इधर फिर एक्सप्लोर करनी अच्छी तरह। हम तो वैसे नौतरा नाम चले गए, इधर देखा तो रहा नहीं गया, तो इधर टर्न हो गए, तो अच मे बी शायद डिनर इधर ही होएगा। तो जी किस स्टोर पर आ गए, इतने शॉपिंग करने का है थोड़ा जहा मूड, अज लइए कुछ देखते हैं। इन्होंने स्टोर का यह फायदा भी सब लिए रेट होंगे चीज़ा, जिमें फ्रोजन चिकन पे, मीट पे, देखते हैं कि हिसाब किताब है अंदर जाके, इधरों फिर सब दिखाने की बिलिंग कराने की नहीं की समान लगने। चॉकलेट्स हो गया, ये लिक्वर होगी सामने, सारी जूसी। लो जी ये समान ले लिया थोड़ा जहा बच्चों की कैंडी वगैरह, ये थोड़ा बहुत समान लेके कैरी बैग लिया, इतों बिलिंग कराइए। ये है जी लोकल पैरिस के अंदर का व्यू बस दे राही। क्रिसमस करके काफ़ी डेकोरेशन हुई भी इतने, चहल पहल बहुत है सड़कों पर, दुनिया सारी निकली हुई कोई इंजॉय कर। लो जी ये आ गई नौतरे धाम, बट ये बस का स्टेशन इतने नहीं है, मतलब कि है तो इतने है पर 50 मीटर अगे है लाइटा क्रॉस करके, तो इन्हों का रूल है ये बिना स्टेशन तो डोर नहीं खुलेगा, डोर बंद रहना बस का। मैं क्या सी इधर हिसाब ना भी खोलते यार, मैं कहना ना ओनली बस स्टॉप। चलो नैक्स इतों पैदल आ जाए, वधिया होर देखने को मिलेगा। लो जी उतर के बस चों, इतों हूँ चलिए नौतरे धाम देख विजिट कर, भी काफ़ी अच्छी डेस्टिनेशन है इतने की। मुझे इतने भी रेस्टोरेंट सी फूड, वो आ गई सामने बिल्डिंग नौतरे धाम जी। लो जी कम आ गए जी, एवें लाइट हो जाती है साड़ी आ गई ग्रीन वॉकिंग वाले की, तो असी तुर पे। जाते हुए ये पुलिस की गड्डी है, एवें रिवर निकलती है इतने, पेंटिंग वगैरह मंदे लाई भी है, बेचते हैं सेल करते हैं लोकल। ये भी लोकल पेंटिंग बना के, ठंड बहुत हो रखी है, बहुत ज़्यादा ठंड है। लो जी पहुँच गए नौतरे धाम, ये देखो रश है इतने का पूरा स्ट्रीट, लोग बैठ के इंजॉय करते हुए सारी पब्लिक, बस यही व्यू है, यही बिल्डिंग का काम चल रहा है इस करके आई थिंक। इतने आके लोग क्वालिटी टाइम स्पेंड करते हैं फैमिली नाल, अपनी
ਜਿਹਦੇ ਨਾਲ ਵੀ ਉਹ ਆਏ ਹੋਏ ਆ ਪੈਰਿਸ ਘੁੰਮਣ ਲਈ। ਫੋਟੋ ਵਗੈਰਾ ਖਿੱਚਦੇ ਹਾਂ, ਬੜਾ ਵਧੀਆ ਏਰੀਆ ਹੈ। ਏਰੀਆ ਤਾਂ ਸਾਰੇ ਵਧੀਆ ਇੱਥੇ ਦੇ, ਜਿੰਨੇ ਵੀ ਅਸੀਂ ਵਿਜ਼ਿਟ ਕੀਤੇ ਹੈ ਤੁਹਾਨੂੰ ਆਲਮੋਸਟ ਦਿਖਾ ਵੀ ਦੇ ਸਾਰੇ। ਲਓ ਜੀ, ਨੌਤਰਾ ਧਾਮ ਤੋਂ ਸਿੱਧਾ ਚੱਲ ਪਏ, ਇੱਥੇ ਮੈਟਰੋ ਸਟੇਸ਼ਨ ਲੱਭ ਰਹੇ ਸੀ। ਬਹੁਤ ਵਧੀਆ ਏਰੀਆ ਮਿਲ ਗਿਆ ਮੈਟਰੋ ਸਟੇਸ਼ਨ। ਸਮਾਂ ਮੈਂ ਗੋਰੇ ਨੂੰ ਪੁੱਛਿਆ, ਉਹਨਾਂ ਮੈਨੂੰ ਦੂਜੇ ਪਾਸੇ ਨੂੰ ਤੋਰਤਾ, ਪਰ ਮੈਂ ਮੈਪ ਕਰਕੇ ਦੇਖ ਕੇ ਇਹਦੇ 'ਚ ਮੈਂ ਫਿਰ ਉਹਨੂੰ ਦੱਸਿਆ, ਮੈਂ ਕਿਹਾ ਮੈਂ ਐਕਚੁਲੀ ਇਹ ਸਟੇਸ਼ਨ 'ਤੇ ਜਾਣਾ। ਉਹ ਕਹਿੰਦਾ ਫਿਰ ਤੁਸੀਂ ਠੀਕ ਹੈ, ਇਸੇ ਰੋਡ ਫਿਰੋ ਅਤੇ ਆ ਗਏ। ਇੱਥੋਂ ਆਪਾਂ M10 ਦੀ ਟ੍ਰੇਨ ਫੜਨੀ ਹੈ, M10 ਮੈਟਰੋ ਸਿੱਧੀ ਲੈ ਕੇ ਜਾਏਗੀ ਮੈਨੂੰ ਮੇਰੇ ਹੋਟਲ। ਇਹ ਬੱਸ ਸਰਵਿਸ ਇੱਕ ਹੋਰ ਹੈਗੀ ਹੈ ਇੱਥੇ ਦੀ। ਚਲੋ ਮਿਲਦੇ ਜਲਦੀ, ਦਿਖਾਉਂਦੇ ਤੁਹਾਨੂੰ ਉੱਥੇ ਨੈਕਸਟ ਹੋਟਲ ਵਿਜ਼ਿਟ। ਆ ਗਏ ਜੀ ਮੈਟਰੋ ਸਟੇਸ਼ਨ, ਵੇਟ ਕਰ ਰਹੇ ਇੱਥੇ ਮੈਟਰੋ ਦੀ। ਇੱਥੋਂ ਸਿੱਧਾ ਹੋਟਲ, ਹੋਟਲ 'ਚੋਂ ਆਪਣਾ ਸਮਾਨ ਚੱਕ ਕੇ ਦੂਜੇ ਹੋਟਲ, ਫਿਰ ਉਹ ਤੋਂ ਬਾਅਦ 'ਚੋਂ ਮੇ ਵੀ ਸ਼ਾਇਦ ਚੇਂਜ ਕਰੀਏ, ਜੇ ਨਹੀਂ ਚੇਂਜ ਕੀਤਾ ਤਾਂ ਐਵੇਂ ਹੀ ਸ਼ਾਮ ਨੂੰ ਫਿਰ ਦੇਖਦੇ ਹਾਂ ਜੀ ਨਵੀਂ ਜਗ੍ਹਾ ਇੱਕ ਹੋਰ ਤੁਹਾਨੂੰ ਦਿਖਾਉਂਗੇ, ਛੇਤੀ ਵਿਜ਼ਿਟ ਕਰਾਉਂਦੇ ਹਾਂ। ਓਕੇ ਜੀ, ਸ਼ਾਮ ਦੇ 5 ਵੱਜ ਗਏ, ਹੁਣ ਜਾ ਰਹੇ ਹੋਟਲ ਵੱਲ ਚੈੱਕ ਇਨ ਕਰਨ। ਸਾਰਾ ਦਿਨ ਐਵੇਂ ਨਿਕਲ ਗਿਆ, ਅਸੀਂ ਐਕਚੁਲੀ ਆਊਟ ਆਫ ਪੈਰਿਸ ਚਲੇ ਗਏ ਸੀ ਤਾਂ ਉਹਦੇ ਕਰਕੇ ਟਾਈਮ ਬਹੁਤ ਲੱਗ ਗਿਆ। ਉੱਧਰ ਜਿਹੜਾ ਪੈਲਸ ਦੇ ਵਰਸਾਏ ਗਏ ਸੀ, ਬਾਕੀ ਚਲੋ ਵਧੀਆ ਰਿਹਾ ਐਕਸਪੀਰੀਅੰਸ। ਹੋ ਵੀ ਮੈਂ ਹੋਟਲ ਨੇੜੇ ਹੀ ਹੈ, ਮੈਟਰੋ ਤੋਂ ਆਏ ਹਾਂ ਅਸੀਂ। ਇਹ ਏਰੀਆ ਵੀ ਬਹੁਤ ਜ਼ਬਰਦਸਤ ਹੈ, ਬਹੁਤ ਵਧੀਆ ਏਰੀਆ, ਪੂਰਾ ਪੋਰਸ਼ ਏਰੀਆ ਇੱਧਰ ਦਾ। ਲਓ ਜੀ, ਆਪਣੇ ਨੈਕਸਟ ਹੋਟਲ 'ਚ ਆ ਗਏ ਹਾਂ, ਦੇਖਦੇ ਹਾਂ ਰੂਮ। ਸਵੇਰੇ ਸਮਾਨ ਛੱਡ ਗਏ ਸੀ, ਹੁਣ ਸਮਾਨ ਉੱਪਰ ਰੱਖਤਾ ਲਗੇ। ਵਾਹ, ਪੈਰਿਸ ਦੇ ਵੀ ਰੂਮ ਛੋਟੇ ਆ, ਬਟ ਇਹ ਸ਼ਾਨਦਾਰ ਰੂਮ ਹੈ ਪੂਰਾ। ਇੱਧਰ ਬਾਥਰੂਮ, ਸ਼ਾਵਰ ਏਰੀਆ, ਕਲੋਜ਼ਰ। ਅੱਛਾ, ਦੂਜਾ ਐਂਡ ਇੱਕ ਜਿਹਦੇ ਕਰਕੇ ਮੈਂ ਇਹ ਹੋਟਲ ਚਾਹੁੰਦਾ ਸੀ, ਬੁੱਕ ਕੀਤਾ। ਵਿਊ ਸਟਰੀਟ ਬੜਾ ਸ਼ਾਨਦਾਰ, ਇਹ ਦੇਖੋ ਇੱਥੋਂ ਸਾਰਾ ਬਹੁਤ ਹੀ ਵਧੀਆ, ਅਮੇਜ਼ਿੰਗ। ਇਹ ਸਟਰੀਟ ਬੜੀ ਬਿਜ਼ੀ ਰਹਿੰਦੀ ਹੈ ਇੱਥੇ, ਸਾਹਮਣੇ ਕੈਫੇ ਹੈ। ਪੂਰੀ ਸਟਰੀਟ ਬਿਜ਼ੀ ਹੈ ਟੂਰਿਸਟ ਨਾਲ, ਪੂਰਾ ਪੈਸਾ ਵਸੂਲ ਇਹਨੂੰ ਕਹਿੰਦੇ ਫੁੱਲ। ਜੀ ਇੱਕ ਚੀਜ਼ ਹੁਣੇ ਦੇਖੀ ਹੈ, ਮੈਂ ਤਾਂ ਆਪਣੇ ਕੱਪੜੇ ਕੁੱਪੜੇ ਲਾ ਲਏ ਸੀ ਅਤੇ ਥੱਲੇ ਇਹ ਮਿੰਨੀ ਬਾਰ ਇਹਨਾਂ ਦਾ ਕੰਪਲੀਮੈਂਟਰੀ ਵਿੱਚ ਲਾ ਰੱਖਿਆ ਸਮਾਨ ਥੋੜ੍ਹਾ ਜਿਹਾ। ਚਲੋ ਵੀ ਵਧੀਆ ਇੱਕ ਤਰ੍ਹਾਂ ਦਾ,